ਤੇ ਬ੍ਰੈਂਪਟਨ ਵਿੱਚ ਵਰਲਡ ਥੀਏਟਰ ਡੇ ਤੇ ਪੰਜਾਬੀ ਦੇ ਬਹੁਤ ਚਰਚਿਤ ਨਾਟਕ ਬੀਬੀ ਸਾਹਿਬਾ ਦੀ ਪੇਸ਼ਕਾਰੀ ਕੀਤੀ ਗਈ। ਹੈਰੀਟੇਜ ਆਰਟਸ ਐਂਡ ਥੀਏਟਰ ਸੋਸਾਇਟੀ ਆਫ ਯੂਨਾਈਟਿਡ ਪ੍ਰੋਡਕਸ਼ਨਸ ਯਾਨੀ ਕਿ ਹੈਟਸਅਪ ਵੱਲੋਂ ਉਕਤ ਦਿਨ ਬ੍ਰੈਂਪਟਨ ਦੇ ਵੀ ਲੋਫਰਸ ਲੇਕ ਲੇਨ ਨੇੜੇ ਕੈਨੇਡੀ ਰੋਡ ਤੇ ਸੈਂਡਲਵੁੱਡ ਪਾਰਕਵੇ ਇੰਟਰਸੈਕਸ਼ਨ ਸਥਿਤ ਸੀਰੀਅਲ ਕਲਾਰਕ ਹਾਲ ਵਿੱਚ ਵਿਸ਼ਵ ਰੰਗਮੰਚ ਨੂੰ ਸਮਰਪਿਤ ਆਪਣਾ ਸਾਲਾਨਾ ਸਮਾਗਮ ਵਰਲਡ ਥੀਏਟਰ ਡੇ ਸੈਲੀਬ੍ਰੇਸ਼ਨਸ 2019 ਕੀਤਾ ਗਿਆ। ਇਸ ਸਮਾਗਮ ਵਿੱਚ ਸੁਖਜੀਤ ਦੀ ਕਹਾਣੀ ਤੇ ਆਧਾਰਿਤ ਗੁਰਿੰਦਰ ਮਕਨਾ ਦੁਆਰਾ ਲਿਖੇ ਨਾਟਕ ਬੀਬੀ ਸਾਹਿਬਾ ਦੀ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਐਕਟਰੈਸ ਸੁਵਿਧਾ ਦੁੱਗਲ ਅਤੇ ਗੁਰਿੰਦਰ ਮਕਨਾ ਵਿਸ਼ੇਸ਼ ਰੂਪ ਵਿੱਚ ਹੈਟਸਅਪ ਦੇ ਸੱਦੇ ਉੱਤੇ ਕੈਨੇਡਾ ਪਹੁੰਚੇ ਅਤੇ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ਵਿੱਚ ਇੱਕ ਅਨੂਠੀ ਛਾਪ ਛੱਡੀ। ਉਕਤ ਨਾਟਕ ਦੀ ਕਹਾਣੀ ਡੇਰਿਆਂ ਵਿੱਚ ਕੁੜੀਆਂ ਦੇ ਹੁੰਦੇ ਸਰੀਰਕ ਸ਼ੋਸ਼ਣ ਜਿਹੇ ਨਾਜ਼ੁਕ ਮੁੱਦੇ ਨਾਲ ਸੰਬੰਧਿਤ ਹੈ। ਬਹੁਤ ਵਧੀਆ ਨਾਟਕ ਸੀ, ਇੰਡੀਆ ਤੋਂ ਗੁਰਿੰਦਰ ਮਕਨਾ ਜੀ ਲੈ ਕੇ ਆਏ ਸੀ। ਸੁਵਿਧਾ ਦੁੱਗਲ ਆਰਟਿਸਟ ਸੀਗੀ, ਇਹ ਮੇਨ ਸਾਰਾ ਪਲੇ ਉਹਦੇ 'ਤੇ ਸੀਗਾ। ਵਿਸ਼ਾ ਬਹੁਤ ਸੀਰੀਅਸ ਆ, ਜੋ ਡੇਰਾਵਾਦ ਦਾ ਕਿਸ ਤਰ੍ਹਾਂ ਉੱਥੇ ਕੀ ਹੁੰਦਾ, ਸੱਚੀ ਜੋ ਕਹਿੰਦੇ ਸੱਚੀ ਕਹਾਣੀ ਦੇ ਆਧਾਰ ਸੀ। ਪਰ ਜਿਹੜੀ ਲੜਕੀ ਨੇ ਐਕਟਿੰਗ ਪੱਖੋਂ ਕਮਾਲ ਕਰਤੀ, ਬਹੁਤ ਹੀ ਵਧੀਆ ਐਕਟਿੰਗ ਕੀਤੀ ਕੁੜੀ ਨੇ, ਕਿਉਂਕਿ ਸਾਰਾ ਪਲੇ ਉਹਦੇ ਉੱਤੇ ਬੇਸ ਸੀਗਾ। ਕਈ ਕਰੈਕਟਰ ਉਹਨੇ ਬੈਕ ਐਂਡ ਫੋਰਥ ਕੀਤੇ, ਚੇਂਜ ਹੁੰਦੀ ਸੀ ਇੱਕ ਇੱਕ ਕਰੈਕਟਰ ਤੋਂ ਦੂਜੇ ਕਰੈਕਟਰ 'ਚ। ਬਹੁਤ ਵਧੀਆ ਨਾਟਕ ਸੀ, ਅਤੇ ਜੋ ਵਰਲਡ ਥੀਏਟਰ ਦੇ ਨਾਟਕ ਕੀਤਾ ਗਿਆ, ਹੀਰਾ ਰੰਧਾਵਾ ਦੀ ਟੀਮ ਨੇ ਕੀਤਾ ਸੀ, ਬਾਕੀ ਸਾਡੀਆਂ ਟੀਮ ਪੰਜਾਬੀ ਆਰਟਸ ਐਸੋਸੀਏਸ਼ਨ ਅਤੇ ਦੂਜੀਆਂ ਸੰਸਥਾਵਾਂ ਵੀ ਨਾਲ ਸੀ। ਅਸੀਂ ਵਰਲਡ ਥੀਏਟਰ ਦੀ ਜਿੱਥੇ ਵਧਾਈ ਦਿੰਦੇ, ਉੱਥੇ ਟੀਮ ਨੂੰ, ਸੁਵਿਧਾ ਨੂੰ, ਗੁਰਿੰਦਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਜੋ ਇੰਨਾ ਵਧੀਆ ਨਾਟਕ ਕੀਤਾ ਜੀ। ਜੀ, ਮੇਰਾ ਨਾਮ ਨਾਰ ਸਿੰਘ ਔਜਲਾ ਜੀ। ਜਿਹੜਾ ਜੀ ਨਾਟਕ ਹੈ ਜੀ, ਜਿਹੜਾ ਬੀਬੀ ਸਾਹਿਬਾ ਖੇਡਿਆ ਗਿਆ, ਬਹੁਤ ਹੀ ਵਧੀਆ ਨਾਟਕ ਸੀ। ਖਾਸ ਤੌਰ 'ਤੇ ਜੀ ਅੱਜ ਦੇ ਹਾਲਾਤਾਂ ਦੇ ਵਿੱਚ ਜੋ ਕੁਝ ਇੰਡੀਆ 'ਚ ਹੋ ਰਿਹਾ ਜਾਂ ਪੰਜਾਬ ਦੇ ਵਿੱਚ ਹੋ ਰਿਹਾ, ਡੇਰਾਵਾਦ ਜਿਸ ਤਰ੍ਹਾਂ ਪਨਪ ਰਿਹਾ, ਔਰਤਾਂ ਦੇ ਨਾਲ ਜਿਸ ਕਿਸਮ ਦੀਆਂ ਜਾਤੀਆਂ ਹੁੰਦੀਆਂ ਨੇ, ਉਹਨੂੰ ਬਾਖੂਬੀ ਇਹਨਾਂ ਨੇ ਨਿਭਾਇਆ ਜੀ। ਬਹੁਤ ਹੀ ਕਮਾਲ ਦਾ ਨਾਟਕ ਸੀਗਾ, ਸਾਰੇ ਹੀ ਕਲਾਕਾਰਾਂ ਨੇ, ਬਹੁਤ ਹੀ ਵਧੀਆ ਰੋਲ ਸੀ। ਖਾਸ ਤੌਰ 'ਤੇ ਜਿਹੜਾ ਲੜਕੀ ਦਾ ਜੀ, ਸਾਰੇ ਦਰਸ਼ਕਾਂ ਨੇ ਇਹਨੂੰ ਬਹੁਤ ਇੰਜੋਏ ਕੀਤਾ ਜੀ, ਬਹੁਤ ਆਨੰਦ ਮਾਣਿਆ। ਕਹਾਣੀ ਵੀ ਬੜੀ ਕਮਾਲ ਦੀ ਸੀ, ਸੁਖਪਾਲ ਦੀ ਜਿਹੜੀ ਹੈ। ਸੋ ਮੈਂ ਅਪੀਲ ਵੀ ਕਰਦਾ ਜੀ ਲੋਕਾਂ ਨੂੰ ਕਿ ਇਹੋ ਜਿਹੜੇ ਨਾਟਕ ਹੁੰਦੇ ਨੇ, ਇਹਨਾਂ 'ਤੇ ਬਹੁਤ ਮਿਹਨਤ ਲੱਗਦੀ ਹੈ। ਜਦੋਂ ਤੁਸੀਂ ਸਾਹਮਣੇ ਆ ਕੇ ਸਟੇਜ 'ਤੇ ਕਲਾਕਾਰਾਂ ਨੂੰ ਦੇਖਦੇ ਹੋ, ਐਕਟਰਾਂ ਨੂੰ, ਉਹਨਾਂ ਦੇ ਨੇੜਿਓਂ ਤੁਸੀਂ ਸਾਰਾ ਕੁਝ ਬਾਤ ਕਰਦੇ ਹੋ, ਤਾਂ ਤੁਹਾਨੂੰ ਵੱਖਰਾ ਜਿਹਾ ਇੱਕ ਜਿਹੜਾ ਆਨੰਦ ਆਉਂਦਾ, ਜਿਹੜਾ ਕਿ ਮੂਵੀ ਨਾਲੋਂ ਵੱਖਰਾ ਹੁੰਦਾ। ਸੋ ਮੈਂ ਅਪੀਲ ਕਰਦਾ ਜੀ ਸਾਰੇ ਲੋਕਾਂ ਨੂੰ ਕਿ ਇਹੋ ਜਿਹੇ ਨਾਟਕ ਜਦੋਂ ਹੁੰਦੇ ਨੇ, ਉਹ ਦੇਖਣ ਜ਼ਰੂਰ ਆਇਆ ਕਰੋ। ਇਹਦੇ 'ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ, ਇਸ ਨਾਟਕ ਦੇ ਵਿੱਚੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ।